ਜ਼ਿੰਦਗੀ ਵਿੱਚ ਦੋ ਰਿਸ਼ਤੇ ਅਸੀਂ ਆਪਣੇ ਆਪ ਚੁਣਦੇ ਹਾਂ, ਇੱਕ ਯਾਰ ਤੇ ਦੂਜਾ ਪਿਆਰ। ਤੇ ਜੇ ਕਿਤੇ ਇਹਨਾਂ ਚੋਂ ਇੱਕ ਚੁਣਨਾ ਪੈ ਜੇ। ਜਲਦੀ ਜਲਦੀ ਵੀ ਹੈ ਕਿ ਬਸ ਚਿੜੀਆਂ ਉਡਾਉਣ ਲਈ ਰੱਖੀ ਹੈ, ਤੇਰੇ ਵਰਗੇ ਤੋਤੇ ਵੀ ਉਡਾ ਦਿੰਦੀ ਹੈ। ਯੂਨੀਵਰਸਿਟੀ ਦੇ ਵਿੱਚ ਸਿਰਫ ਦੋ ਹੀ ਚੀਜ਼ਾਂ ਚੱਲਦੀਆਂ, ਇੱਕ ਕਿਤਾਬਾਂ ਤੇ ਦੂਜਾ ਸੰਧੂ ਦਾ ਨਾਮ। ਤੈਨੂੰ ਮੈਨਰਸ ਹੈ ਕਿ ਨਹੀਂ? ਤੂੰ ਆ ਕੇ ਇਸ ਵਿਚਾਰੇ ਨੂੰ ਥੱਪੜ ਮਾਰਿਆ, ਆਰ ਯੂ ਮੈਡ? ਕੱਛਾ ਪਾ ਕੇ ਯੂਨੀਵਰਸਿਟੀ ਦੇ ਵਿੱਚ ਆ ਜਾਂਦੇ ਨੇ, ਸ਼ਰਮ ਆਉਂਦੀ ਹੈ ਕਿ ਨਹੀਂ? ਮੈਂ ਤਾਂ ਬਹੁਤ ਹੀ ਦੇਸੀ ਜਿਹਾ ਬੰਦਾ ਜੀ, ਆਸ਼ਕੀ ਵਾਲਾ ਫਾਰਮੂਲਾ ਤਾਂ ਮੈਨੂੰ ਸੂਤ ਹੀ ਨਹੀਂ ਬੈਠਦਾ। ਮੈਨੂੰ ਤਾਂ ਡਾਕਟਰ ਕੋਲ ਜਾ ਕੇ ਪਤਾ ਲੱਗਿਆ ਜੀ ਵੀ ਮੈਨੂੰ ਪਿਆਰ ਹੋ ਗਿਆ। ਤੂੰ ਨਾ ਬਹੁਤ ਘੈਂਟ ਆ। ਇੱਕ ਸੰਧੂ ਹੁੰਦਾ ਸੀ ਲੋਕ ਯਾਦ ਰੱਖਣਗੇ, ਇੱਕ ਸੰਧੂ ਹੁੰਦਾ ਸੀ। ਇਹ ਗੱਲ ਦਿਮਾਗ ਚੋਂ ਕੱਢ ਦੇ ਕਿ ਮੈਂ ਬਹਿ ਜੂੰਗਾ। ਲੋਕੀ ਕਹਿੰਦੇ ਮੇਰਾ ਦਿਲ ਕਾਲਾ, ਮੈਂ ਕਿਹਾ ਨਾ ਮੈਂ ਕਾਲਾ। ਸੰਧੂ ਗੱਲ ਸੁਣ, ਹੱਥ ਛੱਡ ਕਰੇ ਮੇਰੀ ਗੱਲ ਸੁਣ। ਅੱਛਾ ਸੰਧੂ ਗੱਲ ਵੱਧ ਚੁੱਕੀ, ਗੱਲ ਤਾਂ ਵੱਧ ਗਈ ਕਰਿਆਲਾ। ਜਿਹੜੀ ਅੱਗ ਹਾਲੇ ਤੱਕ ਯੂਨੀਵਰਸਿਟੀ ਤੱਕ ਸੀ ਨਾ, ਹੁਣ ਉਹ ਮੇਰੇ ਘਰੇ ਵੜਨ ਦੀ ਕੋਸ਼ਿਸ਼ ਕਰ ਰਹੀ ਹੈ। ਜਦੋਂ ਅੱਗ ਪਿੱਛੇ ਵੱਲ ਮੁੜੀ ਨਾ, ਤੁਹਾਡੇ ਹੱਡਾਂ ਤੋਂ ਸੇਕ ਚੱਲਿਆ ਨਹੀਂ ਜਾਣਾ। ਨਾ ਤੈਨੂੰ ਯਾਰ ਨਾਲੋਂ ਪਿਆਰੀ ਇਲੈਕਸ਼ਨ ਹੋ ਗਈ, ਯਾਰ ਨਾਲੋਂ ਪਿਆਰੀ ਤੈਨੂੰ ਕੁੜੀ ਹੋ ਗਈ। ਇਲੈਕਸ਼ਨ ਵਿੱਚ ਵੀ ਤਾਂ ਤੂੰ ਹੀ ਖੜਾ ਕੀਤਾ, ਬਾਕੀ ਤੂੰ ਦੇਖ ਲੈ ਕੁੜੀ ਜਾਂ ਯਾਰ। ਕੁਛ ਵੀ ਕਹਿਣ ਦੀ ਲੋੜ ਨਹੀਂ, ਮੈਨੂੰ ਸਭ ਪਤਾ ਲੱਗ ਗਿਆ ਤੇਰੇ ਬਾਰੇ। ਹੱਥ ਛੱਡ ਸੰਧੂ ਮੇਰਾ, ਇਹ ਹਫ਼ਤਾ ਖੋ ਚੁੱਕੇ। ਘਰ ਦੀ ਕੱਢੀ ਤੇ ਗੁੱਸੇ ਦੀ ਕੋਈ ਡਿਗਰੀ ਨਹੀਂ ਹੁੰਦੀ, ਜਿੰਨਾ ਬਚ ਸਕਦੇ ਹੋ ਬਚੋ। ਬਚਣ ਬਚਾਉਣ ਦੀਆਂ ਗੱਲਾਂ ਤੇਰੇ ਅਰਗੇ ਤੇ ਟੁੱਕਦੀਆਂ ਨੇ। ਸੰਧੂ ਤਾਂ ਧਰਤੀ ਹੇਠਲੇ ਬਲਦ ਨੂੰ ਨੱਥ ਪਾ ਲੈਂਦਾ, ਤੂੰ ਤਾਂ ਚੀਜ਼ ਕੀ ਹੈ?